ਇੱਥੇ ਪ੍ਰਾਈਮ ਮਿਨਿਸਟਰ ਆਏ ਨੇ ਉਹ ਇੱਥੇ ਫਿਰੋਜ਼ਪੁਰ ਦੀ ਧਰਤੀ ਦੇ ਅੰਦਰ ਨਹੀਂ ਵੜ ਦਿੱਤਾ ਗਿਆ। ਉਹਨਾਂ ਨੂੰ ਜਿਹੜਾ ਹੈਗਾ ਸੀਗਾ ਮੋਗਾ ਹਾਈਵੇ ਰੋਡ ਆ ਜਿਹੜਾ ਇਸੇ ਰੋਡ ਤੋਂ ਪਿੱਛੇ ਮੁੜਨਾ ਪਿਆ, ਉਹਨਾਂ ਨੂੰ ਮੂੰਹ ਦਿਖਾਣੀ ਪਈ ਆ। ਉਹ ਇੱਥੇ ਜਿਹੜੇ ਕਿਸਾਨਾਂ ਸੀ, ਕਿਸਾਨਾਂ ਦੇ ਬੱਚਿਆਂ ਨੇ, ਕਿਸਾਨ ਦੇ ਪੁੱਤਾਂ ਨੇ ਇੱਥੇ ਅੱਗੋਂ ਹਾਈਵੇ ਜਾਮ ਕਰਕੇ ਉਹਨਾਂ ਦੇ ਜਿਹੜੇ ਕਾਫਲੇ ਸੀਗੇ ਕਾਫਲੇ ਵੀ ਵਾਪਸ ਮੋੜੇ ਉਹਨਾਂ। ਕਿਸਾਨਾਂ ਦੇ ਜਾਮ ਸੀਗੇ, ਕਿਸਾਨਾਂ ਨੇ ਬਹੁਤ ਵੱਡੇ ਕਾਫਲੇ ਇਕੱਠੇ ਕੀਤੇ ਹੋਏ ਸੀ ਆਪਦੇ, ਕਿਸਾਨਾਂ ਦੇ ਬੱਚਿਆਂ ਨੇ ਇੱਥੇ ਆਪਦੇ ਕਾਫਲਿਆਂ ਨਾਲ ਰੋਡ ਜਾਮ ਕੀਤਾ ਹੋਇਆ ਸੀਗਾ। ਜਿਹੜੇ ਮੋਦੀ ਦੇ ਇੱਥੋਂ ਦੇ ਮੋਦੀ ਦੇ ਭਗਤ ਸੀਗੇ, ਮੋਦੀ ਦੇ ਭਗਤ ਵੀ ਇੱਥੋਂ ਖਾ ਕੇ ਮੂੰਹ ਦੀ ਮੁੜੇ ਆ, ਵਾਪਸ ਮੁੜੇ ਆ। ਮੋਦੀ ਦੇ ਭਗਤਾਂ ਨੇ ਇੱਥੇ ਹੁੱਲੜਬਾਜੀ ਬਹੁਤ ਕੀਤੀ ਹੈ, ਮੋਦੀ ਦੇ ਭਗਤਾਂ ਨੇ ਕਾਹਬਾਜੀ ਬਹੁਤ ਕੀਤੀ ਆ, ਪਰ ਕਿਸਾਨਾਂ ਦੇ ਬੱਚਿਆਂ ਨੇ ਫਿਰ ਵੀ ਆਪਦਾ ਜਿਵੇਂ ਦਿੱਲੀ ਦੇ ਵਿੱਚ ਸ਼ਾਂਤਮਈ ਪ੍ਰਦਰਸ਼ਨ ਕਰਕੇ ਜਿੱਤਿਆ, ਉਸੇ ਤਰੀਕੇ ਨਾਲ ਕਿਸਾਨਾਂ ਨੇ ਇੱਥੇ ਅੱਜ ਮੋਰਚਾ ਜਿੱਤਿਆ। ਇਹ ਰੈਲੀ ਤੋਂ ਕਿੰਨੀ ਦੂਰੀ ਤੇ ਹੈਗਾ ਜਿਹੜਾ ਇਹ ਸਥਾਨ ਆ ਜਿੱਥੋਂ ਮੁੜੇ ਆ ਜਗ੍ਹਾ ਹੈ ਨੈਸ਼ਨਲ ਹਾਈਵੇ ਤੇ, ਰੈਲੀ ਤੋਂ ਕਿੰਨੀ ਕੁ ਦੂਰੀ ਤੇ ਹੋਣਾ ਜਿੱਥੋਂ ਵਾਪਸ ਮੁੜੇ? ਰੈਲੀ ਤੇ ਜਿਹੜੀ ਰੈਲੀ ਜਿੱਥੇ ਹੋਣੀ ਸੀ, ਰੈਲੀ ਤੋਂ ਵੱਧ ਸਿਰਫ 8 ਫੁੱਟ ਦੀ 8 ਕਿਲੋਮੀਟਰ ਦੀ ਦੂਰੀ ਤੇ ਸੀਗਾ ਜਿੱਥੋਂ ਮੋਦੀ ਪੀਐਮ ਮੁੜਿਆ ਇੱਥੋਂ। ਤੇ ਜੋ ਕਿ ਇੱਥੋਂ ਦੇ ਜੋ ਉੱਥੋਂ ਦੀ ਪੁਲਿਸ ਪ੍ਰਸ਼ਾਸਨ ਸੀ, ਪੁਲਿਸ ਪ੍ਰਸ਼ਾਸਨ ਨੇ ਬਹੁਤ ਜ਼ਿਆਦਾ ਜ਼ੋਰ ਲਾਇਆ ਵੀ ਪੀਐਮ ਮੋਦੀ ਦੇ ਜਿਹੜੇ ਭਗਤ ਨੇ ਉਹ ਗਾਹ ਚਲੇ ਜਾਣ, ਪਰ ਕਿਸਾਨਾਂ ਦੇ ਪੁੱਤਾਂ ਨੇ ਗਾਹ ਨਹੀਂ ਜਾਣ ਦਿੱਤੇ। ਕੀ ਪਰ ਪੰਜਾਬ ਦੇ ਵਿੱਚ ਜੇ ਗੱਲ ਕਰਨਾ ਪਿਆ? ਬਿਲਕੁਲ ਨਹੀਂ ਜੀ, ਇਹ ਜੋ ਕੰਮ ਕੀਤੇ ਆ ਸਾਰੇ ਅੱਜ ਕਿਸਾਨਾਂ ਨੇ ਰੋਕਿਆ ਗਿਆ, ਭਾਵੇਂ ਉਹਨਾਂ ਨੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ, ਪਰ ਕਿਸਾਨਾਂ ਦੀਆਂ ਮੰਗਾਂ ਹਜੇ ਤਾਈਂ ਸਿਰਫ ਉਹਨਾਂ ਨੇ ਕਾਗਜ਼ਾਂ 'ਚ ਮੰਨੀਆਂ ਨੇ, ਹਜੇ ਤੱਕ ਕੋਈ ਕਿਸਾਨਾਂ ਨੂੰ ਕੋਈ ਨੋਟੀਫਿਕੇਸ਼ਨ ਨਹੀਂ ਦਿੱਤਾ ਗਾ। ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਸੀ, ਲਖਨਪੁਰ ਖੀਰੀ ਵਾਲਾ ਜਿਹੜਾ ਕਾਂਡ ਹੋਇਆ ਸੀਗਾ ਉਸ ਦੇ ਵਿੱਚ ਵੀ ਉਹਨਾਂ ਨੂੰ ਕਿਹਾ ਸੀ ਵੀ ਉਸ ਜਿਹੜਾ ਸੀਗਾ ਆਪਣਾ ਦੋਸ਼ੀ ਸੀਗਾ ਉਹ ਦੋਸ਼ੀ ਨੂੰ ਫੜਿਆ ਜਾਵੇ, ਦੋਸ਼ੀ ਨੂੰ ਅੰਦਰ ਦਿੱਤਾ ਜਾਵੇ ਜਾਂ ਦੋਸ਼ੀ ਨੂੰ ਮੰਤਰੀ ਪਦ ਤੋਂ ਲਾਇਆ ਜਾਵੇ। ਉਹਨਾਂ ਨੇ ਦੋਸ਼ੀ ਨੂੰ ਮੰਤਰੀ ਪਦ ਤੋਂ ਹੀ ਲਾਇਆ ਗਾ। ਕਿਸਾਨਾਂ ਦਾ ਜਿਹੜਾ ਰੈਗੂਲਰ ਕਾਨੂੰਨ ਪੰਨਾ ਸੀ ਉਹ ਕਾਨੂੰਨ ਨਹੀਂ ਹਜੇ ਤੱਕ ਬਣਿਆ ਗਾ, ਕਿਉਂਕਿ ਕਿਸਾਨਾਂ ਨੇ ਇਸੇ ਕਰਕੇ ਵਿਰੋਧ ਕੀਤਾ ਵੀ ਜਿਹੜਾ ਸਾਡਾ ਕਾਨੂੰਨ ਬਣੇ ਨੇ, ਕਾਨੂੰਨ ਜਿਹੜੇ ਪਾਸ ਕੀਤੇ ਨੇ ਉਹ ਕਾਨੂੰਨ ਲਾਗੂ ਕਰੋ, ਉਹ ਤੋਂ ਬਾਅਦ ਜੇ ਵੇਖਾਂਗੇ ਤੁਹਾਨੂੰ ਵਿੱਚ ਵਰਤ ਕਰਾਂਗੇ। ਬਿਲਕੁਲ।